ਪੰਜਾਬ ਭਾਜਪਾ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੁਝ ਠੀਕ ਨਹੀਂ ਲੱਗ ਰਿਹਾ ਸੀਗਾ ਕਿਉਂਕਿ ਲਗਾਤਾਰ ਅਨਿਲ ਜੋਸ਼ੀ ਨੂੰ ਜਿਹੜਾ ਉਹ ਨਿਸ਼ਾਨੇ ਤੇ ਲਿਆ ਜਾ ਰਿਹਾ ਸੀਗਾ ਪੰਜਾਬ ਯੂਨਿਟ ਵੱਲੋਂ ਤੇ ਪੰਜਾਬ ਯੂਨਿਟ ਦੇ ਉੱਪਰ ਸਵਾਲ ਚੱਕੇ ਜਾ ਰਹੇ ਸੀਗੇ ਤੇ ਆਖਰ ਹੁਣ ਲਾਸਟ ਵਿੱਚ ਉਹੀ ਹੋਇਆ ਕਿ ਜਿਹੜੇ ਅਨਿਲ ਜੋਸ਼ੀ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ 6 ਸਾਲ ਲਈ ਕੱਢ ਦਿੱਤਾ ਗਿਆ। ਅਨਿਲ ਜੋਸ਼ੀ ਸਾਡੇ ਨਾਲ, ਜੋਸ਼ੀ ਸਾਹਿਬ ਹੁਣ ਕੀ ਸੋਚਦੇ ਹੋ ਕਿ ਜੋਸ਼ੀ ਕੀ ਸੋਚਦੇ ਨੇ ਕਿ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ? ਕਿ ਤੁਸੀਂ ਜਦੋਂ ਗੱਡੀ ਚਲਾਉਂਦੇ ਹੋਗੇ, ਰਾਤ ਨੂੰ ਸੌਂਦੇ ਹੋਗੇ, ਹੁਣ ਕਿ ਕੁਛ ਨਾ ਕੁਛ ਤਾਂ ਬਣਾ ਲਿਆ ਹੋਏਗਾ ਪ੍ਰੋਗਰਾਮ ਕਿ ਯਾਰ ਹੁਣ ਮੈਨੂੰ ਪਤਾ ਸੀ ਆਹੀ ਹੋਣਾ, ਹੁਣ ਮੈਂ ਇਸ ਪਾਰਟੀ ਦੇ ਵਿੱਚ ਜਾਊਂਗਾ ਜਾਂ ਆਜ਼ਾਦ ਲੜੂੰਗਾ, ਕੀ ਸੋਚਦੇ ਹੋ? ਪਤਾ ਕੀ ਹੈ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਨੂੰ ਕਦੀ ਕਿਸੇ ਪ੍ਰਸਥਿਤੀ 'ਚ ਘਬਰਾਹਟ ਨਹੀਂ ਹੋਈ। ਜ਼ਿੰਦਗੀ 'ਚ ਪਰਮਾਤਮਾ ਨੇ ਮੇਰੇ ਇੰਨੀ ਕਿਰਪਾ ਕੀਤੀ ਆ, ਇਹ ਤਾਂ ਹੁਣ ਕੱਢਿਆ ਨਾ ਜਿਹੜਾ, ਮੈਂ ਤਾਂ ਬਹੁਤ ਕੁਛ ਪਾਰਟੀ ਦੇ ਵਿੱਚ ਕਰ ਲਿਆ, ਬਹੁਤ ਕੰਮ ਕਰ ਲਿਆ, ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਰਹਿ ਲਿਆ, 3 ਵਾਰੀ ਇਲੈਕਸ਼ਨ ਲੜ ਲਈ। ਮੈਨੂੰ 2007 ਦੇ ਵਿੱਚ ਜਦੋਂ ਪਹਿਲੀ ਟਿਕਟ ਮਿਲਣੀ ਸੀ ਨਾ, ਉਸ ਤੋਂ ਪਹਿਲਾਂ 2006 ਟਿਕਟ ਮਿਲਣ ਤੋਂ 5 ਮਹੀਨੇ ਪਹਿਲਾਂ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ ਅਤੇ ਮੇਰੇ ਵਰਕਰ ਰੋਣ ਲੱਗ ਪਏ ਸੀ। ਉਹ ਆਉਂਦੇ ਵੀ ਆਪਾਂ ਤਾਂ ਪਾਰਟੀ 'ਚੋਂ ਕੱਢਤਾ, ਟਿਕਟ ਕਿੱਥੋਂ ਲੈਣੀ ਹੈ? ਅਤੇ ਉਦੋਂ ਵੀ ਮੇਰਾ ਮਨੋਬਲ ਪੂਰਾ ਕਾਇਮ ਸੀ, ਮੈਂ ਕਿਹਾ ਆਪਾਂ ਹੀ ਇਲੈਕਸ਼ਨ ਲੜਾਂਗੇ, ਆਪਾਂ ਹੀ ਜਿੱਤਾਂਗੇ, ਆਪਾਂ ਨੂੰ ਟਿਕਟ ਮਿਲੂਗੀ। ਹੈਂ, ਉਦੋਂ ਇਹਨਾਂ ਨੇ ਉਦੋਂ ਵੀ ਗਲਤ ਮੈਨੂੰ ਕੱਢਿਆ ਸੀ। ਉਦੋਂ ਹਰਜੀਤ ਗਰੇਵਾਲ ਜੀ ਦਾ ਮੁੱਖ ਭੂਮਿਕਾ ਸੀ ਉਹਦੇ 'ਚ, ਕਿਉਂਕਿ ਉਹ ਜਨਰਲ ਸੈਕਟਰੀ ਸੀ ਅਮਰਾਜ ਖੰਨਾ ਜੀ ਦੇ ਨਾਲ, ਅਤੇ ਕਿਤੇ ਹੋਰ ਕਿਸੇ ਦੀ ਲੜਾਈ, ਸਿੱਧੂ ਸਾਹਿਬ ਨਾਲ ਖੰਨਾ ਜੀ ਦੀ ਲੜਾਈ ਹੋਈ ਅਤੇ ਉਹਨਾਂ ਨੇ ਉਹ ਐਲੀਗੇਸ਼ਨ ਸਾਰਾ ਮੇਰੇ 'ਤੇ ਲਾ ਦਿੱਤਾ। ਜਿਹੜਾ ਦਿੱਲੀ, ਉਸੇ ਚੀਜ਼ ਨੇ ਮੈਨੂੰ ਹਾਈਲਾਈਟ ਕੀਤਾ। ਦਿੱਲੀ ਨੇਤਾਵਾਂ ਨੇ ਮੈਨੂੰ ਬੁਲਾਇਆ ਅਤੇ ਇਹ ਝੂਠੇ ਸਾਬਤ ਹੋਏ ਅਤੇ ਮੈਨੂੰ ਫਿਰ ਪਾਰਟੀ 'ਚ ਲਿਆ ਅਤੇ ਉਸੇ ਚੀਜ਼ ਨੇ ਮੈਨੂੰ ਟਿਕਟ ਦਵਾ ਦਿੱਤੀ ਸੀ। ਹਰ ਨੈਗੇਟਿਵ ਚੀਜ਼ 'ਚੋਂ ਬੜੀ ਪੋਜ਼ੀਟਿਵ ਚੀਜ਼ਾਂ ਨਿਕਲਦੀਆਂ, ਕੋਈ ਇੱਕ ਦਰਵਾਜ਼ਾ ਬੰਦ ਹੁੰਦਾ ਨਾ ਅਤੇ 10 ਖੁੱਲ੍ਹੇ ਮਿਲਦੇ ਆ। ਇਸ ਕਰਕੇ ਮੈਂ ਬੜਾ ਪੋਜ਼ੀਟਿਵ ਬੰਦਾ ਵਾਂ, ਮੈਂ ਜ਼ਿੰਦਗੀ ਦੇ ਵਿੱਚ ਸੰਘਰਸ਼ ਹੀ ਕੀਤਾ ਅਤੇ ਸੰਘਰਸ਼ ਕਰਦਾ ਵਾਂ ਅਤੇ ਮੈਨੂੰ ਕਦੀ ਕਿਸੇ ਪ੍ਰਸਥਿਤੀ 'ਚ ਘਬਰਾਹਟ ਨਹੀਂ। ਅੱਤਵਾਦ ਦੇ ਵਿੱਚ ਅੱਤਵਾਦ ਝੱਲਿਆ, ਮੇਰੇ ਫਾਦਰ ਸ਼ਹੀਦ ਹੋਏ ਸੰਗਠਨ ਦਾ ਕੰਮ ਕਰਦਿਆਂ। 2007 ਜੋ MLA ਬਣਿਆ ਉਸੇ ਵੇਗ ਦੇ ਨਾਲ ਕੰਮ ਕੀਤਾ। ਪਹਿਲਾਂ ਤੁਸੀਂ ਦੱਸੋ, ਮੰਡਲ ਪ੍ਰਧਾਨ ਬਣਿਆ, ਮੈਂ ਵਾਜਪਾਈ ਸਾਹਿਬ ਦਾ ਪੁਤਲਾ ਨਹੀਂ ਫੂਕਣ ਦਿੱਤਾ, 400 ਬੰਦਿਆਂ ਨਾਲ ਭਿੜ ਗਿਆ ਸਟੇਜ 'ਤੇ ਚੜ ਗਿਆ, 307 ਦਾ ਮੇਰੇ 'ਤੇ ਪਰਚਾ ਹੋਇਆ। ਉਸ ਤੋਂ ਬਾਅਦ ਸਮਝ ਲਓ, ਮੈਂ ਜਦੋਂ MLA ਬਣਿਆ ਉਦੋਂ ਮੇਰੇ 'ਤੇ ਗੋਲੀਆਂ ਚੱਲੀਆਂ, ਮੇਰੀ ਗੱਡੀ ਸਾੜਤੀ। ਪਾਰਟੀ ਦਾ ਕੰਮ ਕਰਦੇ ਹਾਂ ਅਸੀਂ, ਇਲੈਕਸ਼ਨਾਂ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਆਹਮੋ ਸਾਹਮਣੇ ਲੜਦੇ ਪਏ ਸੀ, ਕਾਂਗਰਸ, ਅਕਾਲੀ, BJP ਸਾਰੀਆਂ ਆਪੋ ਆਪਣੀਆਂ। ਅਤੇ ਮੈਨੂੰ ਤਰਨ ਤਾਰਨ ਜ਼ਿਲ੍ਹੇ ਡਿਊਟੀ ਲੱਗੀ ਸੀ, ਮੇਰੀ ਗੱਡੀ ਸੜ ਗਈ, 12 ਬੰਦਿਆਂ ਦੇ ਗੋਲੀਆਂ ਲੱਗੀਆਂ, ਕੋਈ ਘਬਰਾਹਟ ਨਹੀਂ ਹੋਈ। ਫਿਰ ਮੈਂ ਜਦੋਂ ਮੰਤਰੀ ਸੀ, ਮੇਰੇ ਭਰਾ 'ਤੇ ਗੋਲੀਆਂ ਚੱਲੀਆਂ ਪਾਰਟੀ ਦਾ ਕੰਮ ਕਰਦਿਆਂ, ਕੋਈ ਘਬਰਾਹਟ ਨਹੀਂ ਹੋਈ। ਅਤੇ ਅੱਜ ਦੀ ਡੇਟ 'ਚ ਮੈਨੂੰ ਕੋਈ ਘਬਰਾਹਟ ਨਹੀਂ ਗਈ। ਮੈਂ ਪੰਜਾਬ ਵਾਸਤੇ ਲੜਦਾ ਪਿਆ ਅਤੇ ਮੈਂ ਪੰਜਾਬ ਵਾਸਤੇ ਲੜੂੰਗਾ। ਕੋਈ ਗੱਡੀ ਚਲਾਉਂਦਿਆਂ, ਕੋਈ ਸੌਂਦਿਆਂ ਮੈਨੂੰ ਪੂਰੀ ਵਧੀਆ ਨੀਂਦ ਆਉਂਦੀ ਆ ਗੱਡੀ ਦੇ ਵਿੱਚ। ਮੈਂ ਕਹਿ ਰਿਹਾ ਕਿ ਤੁਸੀਂ ਘਬਰਾ ਰਹੇ ਹੋ, ਨਾ ਮੈਂ ਕਹਿ ਰਿਹਾ ਡਰ ਰਹੇ ਹੋ, ਕਿ ਸੋਚ ਕੀ ਹੈ? ਕਿਉਂਕਿ ਤੁਸੀਂ ਬੜਾ ਲੰਬਾ ਟਾਈਮ ਸਿਆਸਤ ਦੇ ਵਿੱਚ ਕੱਢਿਆ, ਕਿ ਤੁਸੀਂ ਕਿਹਾ ਕਿ ਮੈਨੂੰ ਜਦੋਂ ਨੈਗੇਟਿਵਿਟੀ ਆਉਂਦੀ ਹੈ ਸਾਰੀਆਂ ਚੀਜ਼ਾਂ ਪੋਜ਼ਿਟਿਵ ਹੋ ਜਾਂਦੀਆਂ, ਅਤੇ ਹੁਣ ਕੀ ਪੋਜ਼ਿਟਿਵ ਤੁਹਾਨੂੰ ਨਜ਼ਰ ਆ ਰਿਹਾ? ਮੈਨੂੰ, ਕਿਉਂਕਿ ਤੁਸੀਂ ਇਹ ਗੱਲ ਕਹੀ ਕਿ ਤੁਸੀਂ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਵੀ ਇਹੀ ਕਿਹਾ ਕਿ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੀ ਮੈਨੂੰ ਸਜ਼ਾ ਮਿਲੀ ਹੈ ਉਹਨਾਂ ਦਾ ਸਾਥ ਦੇਣ ਦੀ। ਮੈਂ ਸਜ਼ਾ ਨਹੀਂ ਕਿਹਾ, ਮੈਂ ਕਿਹਾ ਇਹਨਾਂ ਨੇ ਸਜ਼ਾ ਆਪਣੀ ਲਈ ਦਿੱਤੀ, ਉਹ ਮੇਰੇ ਵਾਸਤੇ ਗੋਲਡ ਮੈਡਲ ਆ। ਮੈਂ ਇਹ ਕਿਹਾ, ਕਿਉਂਕਿ ਕਿਸੇ ਨੂੰ ਕਿਸੇ ਮਾੜੇ ਕੰਮ ਕਰਕੇ ਕੱਢਿਆ ਜਾਵੇ ਨਾ, ਉਹਨੇ ਕੋਈ ਗੰਦਾ ਕੰਮ ਕੀਤਾ ਹੋਵੇ ਉਹਨੂੰ ਕੱਢਿਆ ਜਾਵੇ, ਉਹ ਮੂੰਹ ਛਪਾਉਂਦਾ। ਮੈਂ ਤਾਂ ਪੰਜਾਬ ਦੇ ਹੱਕ 'ਚ, ਪੰਜਾਬ ਦੇ ਅੰਨਦਾਤਾ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ, ਮੈਨੂੰ ਇਸ ਕਰਕੇ ਕੱਢਿਆ। ਮੈਂ ਪੰਜਾਬ ਦੇ ਪਾਣੀ ਦਾ, ਪੰਜਾਬ ਦੇ ਅੰਨਦਾਤਾ ਦਾ ਜਿਹੜਾ ਅੰਨ ਖਾਧਾ ਵਾ ਨਾ, ਉਹਦਾ ਹੱਕ ਅਦਾ ਕੀਤਾ, ਇਸ ਕਰਕੇ ਮੈਨੂੰ ਕੱਢਿਆ ਵਾ। ਮੇਰੇ ਵਾਸਤੇ ਮੈਂ ਤੁਹਾਨੂੰ ਦੱਸਿਆ ਵੀ ਇਸ ਧਰਤੀ, ਪੰਜਾਬ ਦੀ ਧਰਤੀ 'ਤੇ ਹੋਰ ਫਕਰ ਨਾਲ ਸਿਰ ਉੱਚਾ ਕਰਕੇ ਚੱਲਣ ਵਾਲਾ ਸਮਾਂ ਵਾ। ਆਪਣੇ ਹਲਕੇ 'ਚ ਹੀ ਰਹੋਗੇ, ਆਪਣੇ ਹਲਕੇ 'ਚ ਹੀ, ਭਾਵੇਂ ਜਿਹੜੀ ਮਰਜ਼ੀ ਪਾਰਟੀ ਤੁਹਾਨੂੰ ਟਿਕਟ ਦੇਵੇ, ਆਪਣਾ ਹਲਕਾ ਛੱਡਣ ਦਾ ਪ੍ਰੋਗਰਾਮ ਬਣਾ ਸਕਦੇ ਹੋ? ਸਰ, ਮੈਨੂੰ ਟਿਕਟ ਦੀ ਕੋਈ ਚਿੰਤਾ ਨਹੀਂ ਗੀ। ਹਲਕੇ ਦੀ ਗੱਲ ਕੀਤੀ, ਨੌਰਥ ਹਲਕੇ ਦੇ ਵਿੱਚ ਹੀ ਮਰੂੰਗਾ, ਨੌਰਥ 'ਚ ਜੀਣਾ ਮੈਂ। ਇਸ ਕਰਕੇ ਮੈਂ MLA ਇਲੈਕਸ਼ਨ ਲੜਨੀ ਹੋਈ ਨਾ, ਅਤੇ ਮੈਂ ਨੌਰਥ 'ਚੋਂ ਹੀ ਲੜਨੀ ਆ। ਇਸ ਕਰਕੇ ਮੈਨੂੰ ਕੋਈ ਕਿਸੇ ਪਾਰਟੀ ਦੀ ਕਿਰਪਾ ਨਹੀਂ ਚਾਹੀਦੀ, ਲੋਕ ਮੈਨੂੰ ਪਿਆਰ ਕਰਦੇ। ਵੱਡੀ ਗੱਲ ਕਹਿ ਰਹੇ ਹੋ ਕਿ ਮੈਂ ਜੀਊਂਗਾ ਮਰੂੰਗਾ ਇਸੇ ਹਲਕੇ 'ਚ, ਯਾਨੀ ਕਿ ਤੁਸੀਂ ਆਪਣਾ ਹਲਕਾ ਨਹੀਂ ਛੱਡੋਗੇ? ਹਾਂ, ਜੇ ਵਿਧਾਨ ਸਭਾ ਦੀ ਇਲੈਕਸ਼ਨ ਮੈਂ ਲੜਨੀ ਹੋਵੇ ਤਾਂ ਮੈਂ ਨੌਰਥ 'ਚੋਂ ਹੀ ਲੜੂੰਗਾ। ਮਤਲਬ ਕਿ ਅੱਜ ਇਸ ਇੱਥੇ ਲੋਕਾਂ ਦੇ ਨਾਲ ਕਮਿਟਮੈਂਟ ਹੈ, ਤੁਹਾਡੀ ਕਮਿਟਮੈਂਟ ਹੈ ਇੱਥੋਂ ਦੇ ਲੋਕਾਂ ਨਾਲ ਕਿ ਮੈਂ ਹਲਕਾ ਨਹੀਂ ਛੱਡੂੰ? ਨਾ, ਬਿਲਕੁਲ ਨੌਰਥ ਹਲਕੇ ਦੇ ਵਿੱਚੋਂ ਹੀ ਮੈਂ ਇਲੈਕਸ਼ਨ ਲੜੂੰਗਾ। ਹੁਣ ਪਾਰਟੀ ਦੀ ਗੱਲ ਕਰੀਏ, ਪਾਰਟੀ ਬਸਪਾ, ਬੱਚੇ ਜਦੋਂ ਮੈਂ ਗਲੀਆਂ ਜਾਂਦਾ, ਬੱਚੇ ਚਿੰਬੜਦੇ ਆ, ਜੋਸ਼ੀ ਆ ਗਿਆ, ਜੋਸ਼ੀ ਆ ਗਿਆ। ਮੈਨੂੰ ਮਾਤਾ ਜਿਹੜੀਆਂ ਨਾ ਮੇਰੀਆਂ, ਉਹ ਆਵਾਜ਼ਾਂ ਮਾਰ ਮਾਰ ਕੇ, ਪੁੱਤ ਤੂੰ ਇੰਨਾ ਚਿਰ ਕਿੱਥੇ ਰਿਹਾ ਵਾਂ? ਮੈਂ ਕਿਹਾ ਮੈਨੂੰ ਤੁਸੀਂ ਆਪ ਹੀ ਛੁੱਟੀ ਦੇ ਦਿੱਤੀ ਆ, ਅਤੇ ਉਹ ਮੈਨੂੰ ਪਿਆਰ ਕਰਦੀਆਂ, ਆਸ਼ੀਰਵਾਦ ਦਿੰਦੀਆਂ ਵਾਂ। ਤੁਸੀਂ ਮੇਰੇ ਨਾਲ ਕਿਤੇ ਚੱਲ ਕੇ ਵੇਖਿਓ, ਗਲੀਆਂ 'ਚ ਲੋਕ ਇਕੱਠੇ ਹੋ ਜਾਂਦੇ ਆ, ਮੇਰੀਆਂ ਭੈਣਾਂ ਉੱਥੇ ਆ ਜਾਂਦੀਆਂ, ਬਾਹਰ ਆ ਜਾਓ ਮੇਰੇ ਵੀਰੇ, ਆ ਜਾਓ। ਮੈਂ ਕਿਹਾ ਆਉਣ ਦਾ ਤਾਂ ਸਿਸਟਮ ਹੈ, ਇੱਕ ਸੰਵਿਧਾਨ ਨੇ 5 ਸਾਲ ਦਿੱਤੇ, ਉਹ ਤਾਂ ਕੱਢਣੇ ਪੈਣੇ ਹੁਣ। ਇਹ ਤਾਂ 3 ਮਹੀਨੇ ਬਾਅਦ ਹੀ ਸ਼ੁਰੂ ਹੋ ਗਿਆ ਸੀ। ਲੋਕੀ ਪਛਤਾਉਂਦੇ ਆ ਜੋ ਫੈਸਲਾ ਉਹਨਾਂ ਨੇ ਪਿਛਲੇ 2017 BJP ਲੀਡਰਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਤੁਸੀਂ ਬਾਰ ਬਾਰ ਜ਼ਿਕਰ ਕੀਤਾ ਕਿ ਪਾਰਟੀ ਨਹੀਂ ਸਮਝੀ,
नहीं समझी तुहाडे सामने ही है। इन्हां नूं सिक्योरिटी का आनंद आने लग पाया वा, ये ख्याली पुलाव बनाउंदे उहदा आनंद आने लग पाया, एक झूठ की दुनिया इन्हां क्रिएट कर ली है, इन्हां नूं उहदे च आनंद आना शुरू हो गया। ये रोज़ सोचते 117 लड़नियां सरकार बनाउणी आ, साल तो बाहर नहीं निकले, पब्लिक च नहीं गए, उत्थे 10-20 बंदिआं नूं 50 नूं सद्दे आ, उन्हां नूं भाषण करदे आ, तोर दिंदे आ, उन्नी क दुनिया दे विच उस दफ्तर च दफ्तर तो घर तक जाते हैं जिते जिते इन्हां दे शहर आ, ते काफले लैके तो उतों दफ्तर आते हैं, तो दफ्तर जी प्रभारी आते हैं दिल्लियों, तो उत्थे ही प्लैनिंग करते हैं, तो उत्थे ही दुकान दिमाग लाते भी 117 लड़निया, इन्ने जित लैनिया, सरकार बना लेनी, वो जी झूठ अपने आप में बार बार झूठ बोली जाए ना बंदा, वो फिर झूठ की दुनिया बन जाती है। एक वो फिर सुपनिया च भी इतना जागद में उन्होंने फिर इनू आते हैं मंगेरी लाल दे हसीन सपने, सुपनिया की हालात यानी कि भाजपा कोई सीट नहीं जितू 117 इन्होंने सुपनिया की दुनिया क्रिएट करी, जे बाहर ही नहीं निकल पा रहे कितों जितने। ਜਿਹੜੇ ਬੰਦਿਆਂ ਨੂੰ ਪਤਾ ਵਾ ਵੀ ਇਹ ਜੋ ਕੌਂਸਲਰ ਦੀ ਇਲੈਕਸ਼ਨਾਂ 'ਚ ਹਾਲ ਹੋਇਆ ਵਾ, 98% ਲੋਕਾਂ ਦੀ ਜਮਾਨਤ ਜ਼ਬਤ ਹੋਈ ਆ, ਅਸੀਂ ਚੌਥਾ ਹਿੱਸਾ ਬੰਦੇ ਨਹੀਂ ਖੜੇ ਪਾਏ ਕਰ ਪਾਏ ਜਿੰਨੀਆਂ ਸੀਟਾਂ ਸੀਗੀਆਂ, ਉਹ ਵੀ ਮਾਲੀ ਅਤੇ ਡਰਾਈਵਰ ਫੜ ਫੜ ਕੇ ਆਪਾਂ ਖੜੇ ਕੀਤੇ ਆ, ਅਤੇ ਇਹ ਅੱਜ ਵੀ ਫਿਰ ਜੇ ਇਹ ਸੁੱਚੀ ਜਾਂਦੇ ਤਾਂ ਫਿਰ ਇਹਨਾਂ ਤੁਹਾਨੂੰ ਦੱਸਿਆ ਵੀ ਇਹਨਾਂ ਨੇ ਝੂਠ ਦੀ ਇੱਕ ਦੁਨੀਆ ਕ੍ਰੀਏਟ ਕਰ ਲਈ ਆ। ਜਿੰਨਾ ਚਿਰ ਇਹ ਸਮੱਸਿਆ ਨੂੰ ਹੱਲ ਨਹੀਂ ਕਰਦੇ ਉਨਾ ਚਿਰ ਇਲੈਕਸ਼ਨ ਲੜਨ ਦੇ ਕਾਬਲ ਨਹੀਂ ਹੈਗੇ। ਮੈਂ ਤੁਹਾਨੂੰ ਦੱਸਦਾ 117 ਸੀਟਾਂ 'ਚੋਂ ਕਿੰਨੀਆਂ ਸੀਟਾਂ ਦਿੰਦੇ ਹੋ ਭਾਜਪਾ? ਮੈਂ ਕਿੱਥੋਂ ਦੇਣੀਆਂ ਇਹਨਾਂ ਨੇ, ਤੁਹਾਨੂੰ ਦੱਸਿਆ ਸਾਰੀਆਂ ਜਿੱਤਣੀਆਂ, 117 ਦੀਆਂ 117 ਜਿੱਤਣ ਵਧਾਈ ਦਿੰਦਾ ਮੈਂ। ਕੱਲ੍ਹ ਮਾਸਟਰ ਜੀ ਨੇ ਵੀ ਕਿਹਾ ਕਹਿੰਦਾ 117 ਹੀ ਜਿੱਤਣੀਆਂ ਇਹਨਾਂ ਨੇ, ਇਹ ਬੜੇ ਸਟਰੋਂਗ ਟੀਮ ਆ। ਅੱਛਾ ਮਾਸੇ ਮੋਹਨ ਲਾਲ ਜੀ ਨਾਲ ਕੀ ਗੱਲਬਾਤ ਹੋਈ ਤੁਹਾਡੀ, ਕਿਉਂਕਿ ਉਹ ਵੀ ਤੁਹਾਡੀ ਕਿਸ਼ਤੀ 'ਚ ਬੈਠੇ ਹੋਏ ਇਸ ਵਕਤ? ਸੇਮ ਸਾਡੀ ਕੋਈ ਨਹੀਂ ਗੀ, ਉਹ ਸਾਡੇ ਸੀਨੀਅਰ ਆ, ਬਿਮਾਰ ਸੀਗੇ, ਮੈਂ ਉਹਨਾਂ ਦਾ ਪਤਾ, 4 ਦਿਨ ਹਸਪਿਟਲਾਈਜ਼ ਰਹੇ ਆ, ਬਾਕੀ ਉਹ ਤਕੜੇ ਆ ਬੜੇ, ਉਹਨਾਂ ਦਾ ਮਰੇਲ ਬੜਾ ਬੂਸਟ ਆ। ਅਤੇ ਜਿਹੜੇ ਇਹਨਾਂ ਨੂੰ ਇਹ ਆਉਂਦੇ ਸੀ ਨਾ, ਮੈਂ ਮਾਸਟਰ ਜੀ ਨੇ ਕੱਲ੍ਹ, ਚਲੋ ਹਾਸੇ ਮਜ਼ਾਕ 'ਚ ਹੀ ਗੱਲ ਹੋਈ ਭਾਵੇਂ, ਜਿਹੜੇ ਇਹਨਾਂ ਨੂੰ ਆਉਂਦੇ ਸੀ ਨਾ ਇਹ ਦਾਦੇ ਬਣ ਗਏ, ਇਹਨਾਂ ਨੂੰ ਨਿਆਣੇ ਖਿਡਾਉਣੇ ਚਾਹੀਦੇ ਆ, ਅਤੇ ਉਹਨਾਂ ਬਾਰੇ ਮੈਂ ਕਿਹਾ ਸੀ ਮਾਸਟਰ ਜੀ ਅੱਜ ਵੀ ਇੰਨੇ ਕਾਇਮ ਹੈ ਵੀ ਇਹਨਾਂ ਨਾਲ ਦੌੜ ਲਾਉਣੀ ਹੋਵੇ ਤਾਂ ਇਹਨਾਂ ਦੀ ਟੀਮ 'ਚੋਂ ਪੂਰੇ ਪੰਜਾਬ ਦੀ ਬੀਜੇਪੀ ਦੀ ਟੀਮ 'ਚੋਂ ਇੱਕ ਬੰਦਾ ਉਹਨਾਂ ਨਾਲ ਦੌੜ ਅਤੇ ਡੰਡ ਬੈਠਕਾਂ ਨਹੀਂ ਲਾ ਸਕਦਾ ਅੱਜ ਦੀ ਡੇਟ 'ਚ ਵੀ। ਅਤੇ ਮੈਂ ਮਾਸਟਰ ਮੋਹਨ ਲਾਲ ਕੀ ਕਹਿੰਦੇ ਨੇ, ਉਹ ਕੀ ਕਹਿ ਰਹੇ ਨੇ ਇਸ ਵਕਤ? ਮਾਸਟਰ ਮੋਹਨ ਲਾਲ ਵੀ ਇਹੀ ਕਹਿੰਦੇ ਵੀ ਕਿਸਾਨਾਂ ਦਾ ਜਿਹੜਾ ਮਸਲਾ ਉਹਨੂੰ ਹੱਲ ਹੋਣਾ ਚਾਹੀਦਾ, ਇਹਨਾਂ ਨੂੰ ਨਕਸਲਾਈਟ ਅਤੇ ਅੱਤਵਾਦੀ ਕਹਿ ਕੇ ਜਾਂ ਇਹਨਾਂ ਨੂੰ ਕਾਮਰੇਡ ਕਹਿ ਕੇ ਛੁਟਕਾਰਾ ਨਹੀਂ ਹੋਣਾ, ਇਹ ਮਸਲਾ ਹੱਲ। ਮਾਸਟਰ ਮੋਹਨ ਲਾਲ 'ਤੇ ਵੀ ਕਾਰਵਾਈ ਹੋ ਸਕਦੀ ਹੈ? ਇਹ ਤਾਂ ਉਹਨਾਂ ਨੂੰ ਪਤਾ ਹੋ ਜਾਣੇ ਕਾਰਵਾਈ ਕਰਨ ਲੱਗੇ, ਕੋਈ ਛੱਡ ਜਾਣਗੇ, ਕਈਆਂ ਨੂੰ ਕੱਢ ਦੇਣਗੇ, ਅਤੇ ਫਿਰ 117 ਦੇ ਸੁਪਨੇ ਇਹਨਾਂ ਦੇ ਕਾਇਮ ਹੀ ਰਹਿਣੇ, ਕਿਉਂਕਿ ਸੁਪਨਿਆਂ ਦੀ ਦੁਨੀਆ ਵਾਲੇ ਤਾਂ ਕਾਇਮ ਹੀ ਰਹਿਣੇ ਆ। ਅਤੇ ਅਕਾਲੀ ਦਲ ਨੇ ਬਸਪਾ ਨੂੰ ਦਿੱਤੀ ਹੋਈ ਆ ਸੀਟ, ਹਲਕਾ ਆਪਣਾ ਛੱਡਣਾ ਨਹੀਂ, ਹੁਣ ਇਹਦੇ 'ਤੇ ਆ ਜਾਈਏ ਸੀਟ 'ਤੇ, ਤੁਸੀਂ ਕਿਹਾ ਹਲਕਾ ਨਹੀਂ ਛੱਡੂੰਗਾ। ਹੁਣ ਆਮ ਆਦਮੀ ਪਾਰਟੀ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਜੇ ਆਜ਼ਾਦ ਲੜਨਾ ਪਿਆ ਆਜ਼ਾਦ ਲਈ ਤਿਆਰ ਹੋ? ਨੌਰਥ 'ਚੋਂ ਜਿੱਤੂ ਅਨਿਲ ਜੋਸ਼ੀ, ਇਹ ਵੀ ਮੈਂ ਕਹਿ ਦਿੱਤਾ ਜੇ ਤੁਸੀਂ ਆ ਗਏ ਨਾ, ਤੁਸੀਂ ਕਮਿਟਮੈਂਟ ਆ ਮੇਰੀ ਲੋਕਾਂ ਦੀ, ਮੇਰੇ ਨਾਲ ਕਮਿਟਮੈਂਟ ਹੈ, ਜਿਤਾਵਾਂਗੇ ਅਨਿਲ ਜੋਸ਼ੀ ਨਾਲ ਜਿਤਨਾ ਮਰਜ਼ੀ ਆਵੇ, ਪੁੱਛ ਲਿਓ ਜਾ ਕੇ ਹਲਕੇ 'ਚ। ਸਾਰੀ ਪਾਰਟੀਆਂ ਨੂੰ ਚੈਲੰਜ ਹੋ ਗਿਆ ਤੁਹਾਡਾ ਕਿ ਅਨਿਲ ਜੋਸ਼ੀ ਤੁਸੀਂ ਡੰਕੇ ਦੀ ਚੋਟ 'ਤੇ ਕਹਿੰਦੇ ਪਏ ਹੋ? ਬਿਲਕੁਲ ਡੰਕੇ ਦੀ ਚੋਟ, ਟੀਵੀ 'ਚ ਕਹਿੰਦਾ ਪਿਆ, ਇੱਕ ਵਿਸ਼ਵਾਸ ਲਾਈਵ ਤੁਹਾਨੂੰ ਲੋਕ ਦੇਖ ਰਹੇ, ਲਾਈਵ ਚੱਲ ਰਿਹਾ, ਲਾਈਵ ਤੁਹਾਨੂੰ ਲੋਕ ਦੇਖ ਰਹੇ, ਸ਼ਾਇਦ ਤੁਹਾਡੇ ਹਲਕੇ ਦੇ ਲੋਕ ਵੀ ਦੇਖ ਰਹੇ ਹੋਣਗੇ। ਇੱਕ ਵਿਸ਼ਵਾਸ ਵੀ ਤਾਂ ਕੋਈ ਚੀਜ਼ ਹੁੰਦਾ ਨਾ ਆਪਣੇ ਲੋਕਾਂ 'ਤੇ, ਪਛਤਾਉਂਦੇ ਪਏ ਆ ਅਨਿਲ ਜੋਸ਼ੀ ਨੂੰ ਅਗਲੇ ਪਿਛਲੀ ਜਿਹੜੀ ਆ ਹਾਰ ਮੇਰੀ, ਕੁਛ ਤਾਂ ਆਪਣੇ ਪਾਰਟੀ ਦੇ ਲੋਕਾਂ ਦੀ ਕਿਰਪਾ ਸੀਗੀ, ਉਹਨਾਂ ਨੇ ਜਿਹੜਾ ਪੋਜ਼ਿਟਿਵ ਕਰਨਾ ਸੀ ਕਾਂਗਰਸ ਨੂੰ ਭੁਗਤਾਉਂਦੇ ਰਹੇ, ਜਿਹੜੇ ਅੱਜ ਪਾਰਟੀ ਭਗਤ ਬਣੇ ਹੋਣਗੇ। ਹਰਾਉਣ ਦੀ ਪੂਰੀ 45,000 ਉਦੋਂ ਵੋਟ ਮਿਲੀ ਸੀ ਮੈਨੂੰ, ਜਿਹੜੀ ਮੇਰੀ ਲਾਈਕਿੰਗ ਮੇਰੇ ਕੰਮ ਦੀ ਉਸ ਟਾਈਮ 'ਤੇ, ਇੰਨੀ ਐਂਟੀ ਇਨਕੰਬੈਂਸੀ ਦੇ ਵਿੱਚ ਵੀ 45,000 ਵੋਟ ਮਿਲੀ, ਅਤੇ ਅੱਜ ਲੋਕ ਉਦੋਂ 3 ਮਹੀਨੇ ਬਾਅਦ ਹੀ ਲੋਕਾਂ ਨੇ ਪਛਤਾਉਣਾ ਸ਼ੁਰੂ ਕਰਤਾ ਸੀ। ਅੱਜ ਤਾਂ ਇਹ ਬੱਚਾ ਮੈਨੂੰ ਆਉਂਦਾ ਵਾ ਕਦੋਂ ਆ ਰਿਹਾ ਜੇ, ਕਦੋਂ ਆ ਰਿਹਾ ਜੇ, ਇਲੈਕਸ਼ਨ ਕਦੋਂ ਆ ਰਹੀ ਆ। ਇਸ ਕਰਕੇ ਇਹ ਇਲੈਕਸ਼ਨ 'ਤੇ ਜਿਹੜੀ ਆ ਨੌਰਥ ਦੀ ਜਿਹੜੀ ਆ ਲੋਕ ਮੇਰੇ ਨਾਲ ਕਮਿਟਮੈਂਟ ਕਰ ਲਈ ਲੋਕਾਂ ਨੇ ਵੀ ਤੂੰ ਜਿਤਨਾ ਮਰਜ਼ੀ ਆ ਤੈਨੂੰ ਅਸੀਂ ਜਿਤਾਵਾਂਗੇ, ਐਰ ਕੀ ਨਹੀਂ ਜਾਣ ਦਿੰਦੇ। ਕਿਸਾਨਾਂ ਜਾਓਗੇ ਦਿੱਲੀ ਜਾਓਗੇ ਹੁਣ ਆਜ਼ਾਦ ਹੋ ਗਏ, ਹੁਣ ਦਿੱਲੀ ਜਾਓਗੇ? ਮੇਰੇ ਕੋਲ ਹਾਂ, ਮੇਰੇ ਇਸ ਵੇਲੇ ਮੌਕਾ, ਕਿਉਂਕਿ ਇਹ ਕੋਈ ਪੋਲੀਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਉਹਨਾਂ ਵਰਜਿਤ ਕੀਤਾ, ਮੈਂ ਫਿਰ ਵੀ ਇਜਾਜ਼ਤ ਲਊਂਗਾ, ਮੈਂ ਫਿਰ ਵੀ ਰਿਕੁਐਸਟ ਕਰੂੰਗਾ ਵੀ ਜੇ ਤੁਸੀਂ ਇਜਾਜ਼ਤ ਦਿਓ, ਕਿਉਂਕਿ ਹੁਣ ਤਾਂ ਮੈਂ ਕਿਸੇ ਪਾਰਟੀ ਦਾ ਇਸ ਵੇਲੇ ਮੈਂਬਰ ਨਹੀਂ ਹਾਂ, ਅਤੇ ਮਹੀਨਾ ਕੁ ਮੈਂ ਸ਼ਾਂਤੀ ਦੇ ਨਾਲ ਇਹੀ ਕੁਛ ਕਰੂੰਗਾ, ਕਿਸਾਨਾਂ ਦੇ ਹੱਕ ਦੀ ਗੱਲ ਚੁੱਕੀ ਹੈ, ਬਾਕੀ ਪੋਲੀਟੀਕਲ ਬੰਦੇ ਆ, ਐਂਡ ਪੋਲੀਟਿਕਸ ਕਰਨੀ ਹੈ।